ਬੜੀ ਪਰੇਸ਼ਾਨ ਆ ਜੀ ਸਤਿ ਸ਼੍ਰੀ ਅਕਾਲ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਹਿਰ ਦਾ ਅੱਜ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 18 ਅਗਸਤ 2022 ਅਤੇ 6 ਵਜਣ ਦੇ ਵਿੱਚ 5 ਕੁ ਮਿੰਟ ਬਠਿੰਡੇ ਦਾ ਕੋਠੇ ਅਮਰਪੁਰਾ ਉੱਥੇ ਇਹ ਸਾਰੇ ਜਣੇ ਖੜ੍ਹੇ ਨੇ ਇੱਥੇ ਕੋਈ ਮੈਨੂੰ ਨਹੀਂ ਲੱਗਦਾ ਵੀ ਕਿਸੇ ਚੀਜ਼ ਦੀ ਕੋਈ ਪ੍ਰਮੋਸ਼ਨ ਹੋਣੀ ਹੈ ਜਾਂ ਕਿਸੇ ਦਾ ਕੋਈ ਸਵਾਗਤ ਕਰਨਾ ਜਾਂ ਕੋਈ ਵੋਟਾਂ ਮੰਗਣ ਆਇਆ ਉਹ ਵੋਟਾਂ ਵਾਲਾ ਵੇਲਾ ਟੱਪ ਗਿਆ ਇਹ ਲੋਕ ਇਸ ਕਰਕੇ ਖੜ੍ਹੇ ਨੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਸਾਡੀਆਂ ਭੈਣਾਂ ਕਿ ਅਸੀਂ ਦੁਖੀ ਬਹੁਤ ਹਾਂ ਦੁਖੀ ਇਸ ਕਰਕੇ ਸਰਕਾਰਾਂ ਪਿਛਲੀਆਂ ਵੀ ਅਤੇ ਇਹ ਵੀ ਵਾਅਦੇ ਹੋਏ ਕੰਮ ਪਹਿਲਾਂ ਜਿੰਨਾ ਕੁ ਹੋਇਆ ਹੋਇਆ ਉਦੋਂ ਬਾਅਦ ਕਹਿੰਦੇ ਨੇ 2 ਸਾਲਾਂ ਤੋਂ ਕੁਛ ਨਹੀਂ ਹੋਇਆ ਭੈਣ ਜੀ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਕੀ ਨਾਮ ਤੁਹਾਡਾ ਮੇਰਾ ਨਾਮ ਸ਼ਿੰਦਰ ਕੌਰ ਹੈ ਜੀ ਭੈਣ ਜੀ ਮੈਂ ਇਹ ਦੇਖ ਰਿਹਾ ਇੱਕ ਵਾਰੀ ਦਿਖਾਇਓ ਆਹ ਹਾਲ ਬੇਟਾ ਇਹਨਾਂ ਦੀ ਗਲੀ ਦਾ ਇਹ 4/6 ਹੈ ਕਿ 6/4 ਹੈ 4/6 ਹੈ 4/6 ਇਹ ਮੇਰੇ ਵੀਰ ਅਮਰਪੁਰਾ ਜਿਹੜੇ ਕੋਠੇ ਨੇ ਉਹਦੇ 'ਚ 4/6 ਹੈ 5 ਹੈ 4 ਹੈ ਸਾਰਿਆਂ ਦਾ ਹਾਲ ਜਿਹੜਾ ਨਾ ਇਦੋਂ ਬੱਤਰ ਹੈ ਤੁਸੀਂ ਦੇਖ ਲਿਆ ਇਹ ਹੁਣ ਤੁਸੀਂ ਦੇਖੋ ਵੀ ਇੱਥੇ ਸੀਵਰੇਜ ਇਹ ਬਣਾ ਤੇ ਹੋਲਸ ਮੈਨੂੰ ਲੱਗਦਾ ਸ਼ਾਇਦ ਇਹਦੇ ਨਾਲ ਕਨੈਕਸ਼ਨ ਵੀ ਨਹੀਂ ਕੀਤਾ ਨਾ ਜੀ ਕਨੈਕਸ਼ਨ ਹੋਇਆ ਨਾ ਡੱਗੀਆਂ ਬਣਾਈਆਂ ਵਿੱਚੇ ਛੱਡ ਕੇ ਮਤਲਬ ਇੱਦਾਂ ਹੀ ਚੱਲ ਗਏ ਐਡੇ ਕਿੰਨੀ ਦੇਰ ਪੁਰਾਣੀ ਗੱਲ ਇਹਨਾਂ ਨੂੰ ਜੀ 1.5 ਸਾਲ ਹੋ ਗਿਆ ਸਾਡੇ 2 ਸਾਲ ਮਹੱਲੇ 'ਚ ਇਹੀ ਹਾਲ ਨੂੰ ਇਹੀ ਹਾਲ ਹੈ ਕੀ ਪ੍ਰੋਬਲਮ ਕੀ ਕਹਿੰਦੇ ਕੀ ਹੈ ਪਹਿਲਾਂ ਵਾਲੇ ਐਮਸੀ ਨੇ ਕੀ ਕਿਹਾ ਜਾਂ ਹੁਣ ਵਾਲਾ ਜਿਹੜਾ ਐਮਸੀ ਹੈ ਉਹ ਕੀ ਕਹਿ ਰਹੇ ਪਹਿਲਾਂ ਵਾਲਾ ਐਮਸੀ ਤਾਂ ਆਏ ਨਹੀਂ ਜੀ ਜਿੱਤ ਕੇ ਤੇ ਜਿਹੜੇ ਹੁਣ ਜਿੱਤੇ ਨੇ ਜਗਰੂਪ ਗਿੱਲ ਜੀ ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਵੀ ਤੁਹਾਡੇ ਹਫ਼ਤੇ ਦੇ ਵਿੱਚ ਸਾਰੇ ਲੋਕ ਇੱਟ ਲਵਾ ਦਿਆਂਗੇ ਐਂ ਕਰ ਦਿਆਂਗੇ ਜਦੋਂ ਜਿੱਤ ਗਏ ਹੁਣ ਕੋਈ ਸਾਡੀ ਬਾਹ ਨਹੀਂ ਫੜਦਾ ਕੋਈ ਸਾਡੀ ਗੱਲ ਨਹੀਂ ਸੁਣਦਾ ਤੁਸੀਂ ਉਹਨਾਂ ਕੋਲ ਗਏ ਨਹੀਂ ਵੀ ਮਹਾਰਾਜ ਤੁਸੀਂ ਤਾਂ ਐਮਐਲਏ ਬਣ ਗਏ ਅਸੀਂ ਜਿਹੜੇ ਇੱਥੇ ਵੋਟਾਂ ਲੈਣ ਆਉਂਦੇ ਸੀ ਮੁੰਡੇ ਮੂਹਰੇ ਸੀਗੇ ਅਸੀਂ ਉਹਨਾਂ ਨੂੰ ਕਿਹਾ ਵੀ ਭਾਈ ਸਾਡਾ ਕੁਝ ਕਰੋ ਤੇ ਉਹ ਕਹਿੰਦੇ ਕਰਾਂਗੇ ਜੀ ਕਰਾਂਗੇ ਤੇ ਜਗਰੂਪ ਜੀ ਤਾਂ ਬੋਲੇ ਕਹਿੰਦੇ ਵੀ ਸਾਡੇ ਕੋਲੇ ਤਾਂ ਇਹ ਮਤਲਬ ਕੰਮ ਹੀ ਨਹੀਂ ਹੈਗਾ ਉਹਨਾਂ ਕੋਲ ਕਿਹੜਾ ਕੰਮ ਪੁੱਛਣਾ ਸੀ ਫਿਰ ਅਸੀਂ ਉੱਥੇ ਇਕੱਠ 'ਚ ਨਹੀਂ ਪੁੱਛ ਸਕੇ ਉੱਥੇ ਵਾਹਵਾ ਇਕੱਠ ਸੀ ਜਿੱਥੇ ਉਹਨਾਂ ਨੇ ਅਲੋਸਮੈਂਟ ਕਰੀ ਸੀ ਵੀ ਕੋਠੇ ਅਮਰਪੁਰਾ ਦੀ ਜਿਹੜੀ ਕਲੋਨੀ ਉਹਨਾਂ ਦਾ ਮੈਂ ਕੁਝ ਬਣਾਉਂਗਾ ਤੇ ਪਰ ਮੇਰੇ ਕੋਲ ਸੜਕਾਂ ਗਲੀਆਂ ਦਾ ਕੰਮ ਨਹੀਂ ਮੇਰੇ ਕੋਲ ਹੈਗਾ ਸਿੰਘ ਸਾਹਿਬ ਕੀ ਨਾਮ ਹੈ ਤੁਹਾਡਾ ਨਾਮ ਪੁੱਛਿਆ ਮੈਂ ਤਾਂ ਸਿਰਫ ਜੁਗਰਾਜ ਜੀ ਸਰਦਾਰ ਜੁਗਰਾਜ ਸਿੰਘ ਇਸ ਏਰੀਏ ਦੇ ਰਹਿਣ ਵਾਲੇ ਇਸੇ ਦਾ ਮੈਂ ਸਿਰਫ ਇੰਨਾ ਹੀ ਪੁੱਛਣਾ ਵੀ ਦੁਖੀ ਕਿੰਨੇ ਕੋ ਦੁਖੀ ਬਹੁਤ ਹਾਂ ਜੀ ਛਟਕਾ ਖਰਾਬ ਸਾਰੀਆਂ ਪੱਟੀਆਂ ਪਈਆਂ ਜੀ ਗਲੀਆਂ ਪੱਟੀਆਂ ਪਈਆਂ ਸਾਰੀਆਂ ਜੀ ਰਾਤ ਦੇਖੋ ਇੱਥੇ ਲਾਈਟਾਂ ਵੀ ਨਹੀਂ ਲੱਗੀਆਂ ਠੀਕ ਹੈ ਰਾਤ ਬਰਾਤੇ ਕਿਸੇ ਪਾਸੇ ਆਣਾ ਜਾਣਾ ਬਿਕੋਜ਼ ਇਹ ਵਾਰਡ ਨੰਬਰ ਹੁਣ 1 ਬਣ ਗਿਆ ਪਹਿਲਾਂ 2 ਸੀ ਪਹਿਲਾਂ ਹਾਂਜੀ ਹਾਂਜੀ ਤੇ ਰਾਤ ਬਰਾਤੇ ਫਿਰ ਤੰਗੀ ਬਹੁਤ ਆਉਂਦੀ ਹਨੇਰਾ ਹੈਗਾ ਸਾਰਾ ਜੀ ਛੜਕਾਂ ਪੱਟੀਆਂ ਪੱਥਰ ਪਾਏ ਹੋਏ ਛੜਕ ਉੱਤੇ ਜੀ ਟੱਪਦਾ ਨਹੀਂ ਕੋਈ ਖੁਦਾ ਨਾ ਖਾਸਤਾ ਮੇਰੇ ਵੀਰ ਕੀ ਨਾਮ ਕੀ ਤੁਹਾਡਾ ਸਰਬਜੀਤ ਸਿੰਘ ਜੀ ਸਰਬਜੀਤ ਜੀ ਖੁਦਾ ਨਾ ਖਾਸਤਾ ਰਾਤ ਨੂੰ ਕੋਈ ਬਿਮਾਰ ਠਮਾਰ ਹੋ ਗਿਆ ਕੋਈ ਕਿਸੇ ਪਾਸੇ ਜਾਂ ਤਾਂ ਲੈ ਕੇ ਜਾਣਾ ਜਾਂ ਐਂਬੂਲੈਂਸ ਆਉਂਦੀ ਹੈ ਜਾਂ ਕੁਛ ਵੀ ਕੋਈ ਇਸ ਵੇਲੇ ਤਾਂ ਮੈਨੂੰ ਲੱਗਦਾ ਰਾਤ ਵੇਲੇ ਤਾਂ ਕਿਸੇ ਡਾਕਟਰ ਨੇ ਵੀ ਨਹੀਂ ਆਉਣਾ ਨਹੀਂ ਆਉਂਦਾ ਜੀ ਨਹੀਂ ਆਉਂਦਾ ਜੀ ਬਿਲਕੁਲ ਆਹ ਗੱਲਾਂ 'ਚ ਤਾਂ ਐਂਬੂਲੈਂਸ ਆਉਂਦੀ ਨਹੀਂ ਜੀ ਇੱਕ ਆਹ ਗੁੜੀਆ ਨੂੰ ਜੀ ਰੋਜ਼ ਸਕੂਲ ਛੱਡਣ ਜਾਂਦੇ ਆ ਅਤੇ ਤੁਸੀਂ ਦੇਖੋ ਵੀ ਉੱਥੇ ਅੱਗੇ ਜਾਓਗੇ ਪੱਥਰ ਪਾਇਆ ਹੋਇਆ ਅਤੇ ਕਿਵੇਂ ਟੱਪਦੇ ਹੋਣਗੇ ਉੱਥੋਂ ਦੀ ਪੁੱਤਰ ਜੀ ਕਿਹੜੇ ਸਕੂਲ 'ਚ ਪੜ੍ਹਦੇ ਹੋ ਫਸਟ 'ਚ ਸਕੂਲ ਕਿਹੜਾ ਸੈਂਟ ਪੌਲ ਹਾਈ ਸਕੂਲ ਆ ਸੈਂਟ ਪੌਲ ਹਾਈ ਸਕੂਲ ਤੇ ਫਿਰ ਛੱਡਣ ਕੌਣ ਜਾਂਦਾ ਦਾਦੂ ਤੇ ਦਾਦੂ ਕਿੱਥੇ ਖੜੇ ਆਹਾਂ ਜਿਨ੍ਹਾਂ ਨਾਲ ਪਹਿਲਾਂ ਗੱਲ ਹੋਈ ਹੈ ਮੇਰੀ ਹਾਂ ਫਿਰ ਤੁਹਾਨੂੰ ਡਰ ਲੱਗਦਾ ਹੁੰਦਾ ਦਾਦੂ ਨੂੰ ਕਾਹਦੇ ਤੇ ਛੱਡਣ ਜਾਂਦੇ ਆ ਦਾਦੂ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਡਰ ਲੱਗਦਾ ਫਿਰ ਨਹੀਂ ਪਾਇਆ ਹੋਇਆ ਸੜਕ ਤੇ ਡਰ ਨਹੀਂ ਕਿਉਂਕਿ ਦਾਦੂ ਨਾਲ ਹੁੰਦੇ ਆ ਪਰ ਸੜਕ ਤੋਂ ਡਰ ਲੱਗਦਾ ਮੇਰੇ ਵੀਰ ਹੋਣਾਂ ਦਾ ਕਹਿੰਦਾ ਕਿਉਂਕਿ ਹੁੰਦਾ ਨਾ ਧੀਆਂ ਨੂੰ ਵੀ ਲੈ ਮੇਰੇ ਪਾਪਾ ਮੇਰੇ ਨਾਲ ਆ ਮੇਰੇ ਦਾਦੂ ਮੇਰੇ ਨਾਲ ਆ ਕੀ ਟੈਨਸ਼ਨ ਹੈ ਪਰ ਆਹ ਦੇਖੋ ਇਹ ਸਾਰੇ ਜਣੇ ਆਹ ਸਾਰੇ ਬੱਚੇ ਆ ਹੁਣ ਆਹ ਛੋਟੇ ਛੋਟੇ ਬੱਚੇ ਲੈ ਕੇ ਸਾਡੀਆਂ ਭੈਣਾਂ ਆਈਆਂ ਨੇ ਸਿਰਫ ਇਹ ਦੱਸਣ ਦੇ ਲਈ ਕਿ ਅਸੀਂ ਦੁਖੀ ਬਹੁਤ ਹਾਂ ਕੀ ਨਾਮ ਤੁਹਾਡਾ ਸੁਨੀਤਾ ਜੀ ਸੁਨੀਤਾ ਕਿੰਨੇ ਕੁ ਔਖੇ ਹੋ ਤੁਸੀਂ ਹੁਣ ਆ ਬੱਚਿਆਂ ਨੂੰ ਲੈ ਕੇ ਤੁਰਨਾ ਬਹੁਤ ਔਖੀ ਅਸੀਂ ਤਾਂ ਬਹੁਤ ਸਾਡੇ ਲੇਟਾਂ ਵੀ ਹੈ ਨਹੀਂ ਜੀ ਸਾਡੇ ਸੜਕ ਬਹੁਤ ਖਰਾਬ ਹੈ ਤੁਰਿਆ ਵੀ ਨਹੀਂ ਜਾਂਦਾ ਜਵਾਕ ਕਿਵੇਂ ਤੁਰੀਏ ਅਸੀਂ ਹੁਣ ਇਹ ਛੋਟੀ ਜਿਹੀ ਬੱਚੀ ਹੈ ਜਾਂ ਮੁੰਡਾ ਜੋ ਵੀ ਹੈ ਡਾਕਟਰ ਕੋਲ ਜਾਣਾ ਕੋਈ ਟੀਕੇ ਲਵਾਣੇ ਨੇ ਹਨਾ ਛੋਟੇ ਬੱਚੇ ਤਾਂ ਉਹ ਵੀ ਹੈ ਤੇ ਫਿਰ ਕਿਵੇਂ ਤੁਰ ਕੇ ਜਾਣਾ ਪੈਂਦਾ ਜੀ ਔਖਾ ਹੀ ਬਹੁਤ ਮੋਟਰਸਾਈਕਲ ਜਾਈਏ ਡਿੱਗਣ ਦਾ ਡਰ ਰਹਿੰਦਾ ਜੀ ਦੋ ਜਵਾਕ ਕਿਵੇਂ ਲੈ ਕੇ ਜਾਈਏ ਅਸੀਂ ਉਹੀ ਤਾਂ ਗੱਲ ਸੜਕ ਹੀ ਨਹੀਂ ਬਣਾ ਕੇ ਸਾਨੂੰ ਕਹਿ ਕੇ ਵੀ ਸੜਕ ਬਣਾਵਾਂਗੇ ਅਸੀਂ ਬਣਾਉਂਦੇ ਨਹੀਂ ਸੜਕ ਬਸ ਮੈਂ ਇਹੀ ਦਿਖਾਣਾ ਇਹਨਾਂ ਸਾਰਿਆਂ ਨੂੰ ਜਿਨ੍ਹਾਂ ਨੂੰ ਮੈਂ ਪੁੱਛੂੰਗਾ ਇਹਨਾਂ ਨੇ ਇਹੀ ਗੱਲ ਕਹਿਣੀ ਵੀ ਅਸੀਂ ਦੁਖੀ ਹਾਂ ਪਰ ਮੈਂ ਤੁਹਾਨੂੰ ਕਾਰਨ ਦਿਖਾਵਾਂ ਵੀ ਦੁਖੀ ਕਿੰਨਾ ਕਾਰਨਾਂ ਕਾਰਨ ਆਹ ਦੇਖੋ ਬਾਈ ਜੀ ਇੱਕ ਮਿੰਟ ਦੇਖਿਓ ਆਹ ਦੇਖਿਓ ਇਹਨਾਂ ਨੂੰ ਹੁਣ ਤੁਸੀਂ ਦਿਖਾਓ ਇਹ ਇੱਕ ਮਿੰਟ ਕੋਈ ਵੀ ਆ ਕੇ ਦੱਸ ਦੇ ਆਹ ਜਿਹੜਾ ਕੁਛ ਬਣਾਇਆ ਹੋਇਆ ਇਹ ਕਿੰਨੀ ਦੇਰ ਦਾ ਬਣਿਆ ਹੋਇਆ ਵੀਰ ਆ ਜਾਓ ਇੱਕ ਮਿੰਟ ਪਲੀਜ਼ ਆਪਾਂ ਗੱਲ ਕਰੀਏ 2.5-3 ਸਾਲ ਤੋਂ ਆਈ ਹੈ ਜੀ ਇੱਦਾਂ ਹੀ ਹੈ ਜੀ 2.5-3 ਸਾਲ ਬਹੁਤ ਹੁੰਦੇ ਵੀਰ ਹਾਂਜੀ 2.5-2.5 ਸਾਲ ਪਹਿਲਾਂ ਦਾ ਹੀ ਇੱਦਾਂ ਦਾ ਹੀ ਆਈ ਹੈ ਜੀ ਨਾ ਪਹਿਲੀ ਪੱਥਰ ਪਾਇਆ ਹੋਇਆ ਜੀ ਸਾਰੇ ਸਾਡੇ ਸਾਰੇ ਮੋਟਰਸਾਈਕਲ ਟੁੱਟੇ ਪਏ ਜੀ
ਗੱਡੀਆਂ ਮਤਲਬ ਕਿ ਸਾਰਿਆਂ ਦਾ ਬਿਮਾਰ ਹੋ ਗਏ। ਮੇਰੇ ਡੈਡੀ ਦੇ ਸੱਟ ਵੱਜੀ ਹੋਈ ਪਰਸੋਂ ਤੇ ਡਿੱਗ ਪਈ ਇਹ ਇੱਥੇ ਪੱਥਰ ਇੱਥੇ ਡਿੱਗ ਪਿਆ ਕੀ ਹੋਇਆ ਸੀ ਮੈਂ ਸਕੂਟਰ ਤੇ ਜਾਂਦਾ ਸੀਗਾ ਪੱਥਰ ਤੇ ਸਲਿਪ ਕਰਕੇ ਡਿੱਗ ਪਿਆ ਜੀ ਗੋਡੇ ਸੱਟ ਮੋਹ ਸੱਟ ਮੋਟਰਸਾਈਕਲ ਲੈਨੇ ਆ ਤਾਂ ਰੋਡ ਟੈਕਸ ਵੀ ਆਪਾਂ ਪਹਿਲਾਂ ਦਿੰਦੇ ਹਾਂਜੀ ਤੇ ਫਿਰ ਰੋਡ ਟੈਕਸ ਇਸ ਕਰਕੇ ਹੁੰਦਾ ਵੀ ਅਸੀਂ ਚੀਜ਼ਾਂ ਬਣਾਵਾਂਗੇ ਹਾਂਜੀ ਪਰ ਹਾਲ ਕੁਛ ਨਹੀਂ ਹਾਲ ਕੁਛ ਨਹੀਂ ਬਹੁਤ ਬੁਰਾ ਹਾਲ ਹੈ ਜੀ ਇਹ ਸੜਕ ਪੱਥਰ ਪਏ ਨੂੰ ਮਹੀਨਾ ਹੋ ਗਿਆ ਜੀ ਮੁੜ ਕੇ ਮਿੱਟੀ ਪਾਉਣ ਨਹੀਂ ਆਏ ਤੇ ਲੋਕ ਡਿੱਗੀ ਜਾਂਦੇ ਬਹੁਤ मैं दिखा दिया आ जाओ आप देखिए एक मिनट होर एरिया भी देख लीए क्योंकि ये सारे महल वाले अमरपुरा कोठे ये थर्मल तो अगले पास जो आप जाने हैं तो ये हाल है इन कोठिया का कोई पूछने वाला नहीं ये मैं एक मिनट वो गली भी दिखा दें आ जाओ काली काली थोनू मैं दिखा लिया वा हाँ जी ये भी दिखाने जी आप पहला ਤੁਸੀਂ ਇਹ ਦੇਖ ਲਓ ਵੀ ਇਹ ਸ਼ਹਿਰ ਬਠਿੰਡੇ ਦੇ ਵਿੱਚ ਵਾਰਡ ਨੰਬਰ ਇਸ ਟਾਈਮ 1 ਹੈ 1 ਨੰਬਰ ਵਾਰਡ ਦੇ ਵਿੱਚ ਆਹ ਗਲੀ ਹੈ ਜਿਹੜੀ ਇਹ ਤਾਂ ਚਲੋ ਕਿਸੇ ਪਲਾਟ ਦੇ ਵਿੱਚ ਹੁੰਦੀ ਹੈ ਉਹ ਪਰਲੇ ਪਾਸਿਓਂ ਦੇਖੋ ਆਹ ਦੇਖਿਓ ਇਹਨੂੰ ਗਲੀ ਕੌਣ ਕਹੇਗਾ ਕੋਈ ਨਹੀਂ ਕਹਿ ਸਕਦਾ ਇਹਨੂੰ ਗਲੀ ਤੇ ਮੇਰਾ ਕੰਮ ਇਹ ਹੁੰਦਾ ਵੀ ਸ਼ਹਿਰ 'ਚ ਬੈਠੇ ਲੋਕਾਂ ਨੂੰ ਮੈਂ ਸਾਡੇ ਸ਼ਹਿਰ ਦੇ ਹਾਲਾਤ ਦਿਖਾ ਦਿਆਂ ਬਾਹਰ ਲੋਕ ਜਿਹੜੇ ਰਹਿੰਦੇ ਨੇ ਪੁੱਛ ਲੈਂਦੇ ਨੇ ਬਾਈ ਜੀ ਕੀ ਹਾਲ ਹੈ ਮੇਰੇ ਸ਼ਹਿਰ ਦਾ ਤਾਂ ਮੈਂ ਦਿਖਾਉਂਦਾ ਵੀ ਤੁਹਾਡੇ ਸ਼ਹਿਰ ਦਾ ਆਹ ਹਾਲ ਹੈ ਇਹ ਹਾਲ ਹੈ ਬਠਿੰਡਾ ਸ਼ਹਿਰ ਦੇ ਵਾਰਡ ਨੰਬਰ 1 ਦਾ ਇੱਥੋਂ ਤੁਸੀਂ ਮੈਨੂੰ ਦੱਸੋ ਕੋਈ ਲਾਈਟ ਨਹੀਂ ਖੰਭੇ ਲੱਗੇ ਨੇ ਕੋਈ ਖਾਸ ਲਾਈਟਾਂ ਨਹੀਂ ਹੈਗੀਆਂ ਇੱਥੇ ਖਾਨਾ ਪੂਰਤੀ ਜ਼ਰੂਰ ਹੋ ਸਕਦੀ ਹੈ ਆਹ ਇੱਕ ਇੱਥੇ ਲੱਗੀ ਹੈ ਉਹ ਪਰਲੇ ਪਾਸੇ ਨਹੀਂ ਇੱਧਰ ਨਹੀਂ ਬਸ ਆਹ ਸੜਕਾਂ ਨੇ ਆਹ ਗਲੀ ਹੈ ਐਕਚੁਅਲ ਦੇ ਵਿੱਚ ਮੈਂ ਤੁਹਾਨੂੰ ਇਹ ਦੱਸ ਦਿਆਂ ਇਹ ਗਲੀ ਹੈ ਹੁਣ ਤੁਸੀਂ ਮੈਨੂੰ ਦੱਸੋ ਇਹਨੂੰ ਗਲੀ ਕੌਣ ਕਹੂਗਾ ਇਹ ਆਹ ਦੇਖੋ ਸਾਰਾ ਮੁਹੱਲਾ ਇਕੱਠਾ ਦੇਖੋ ਇਹ ਉਹ ਲੋਕ ਨੇ ਜਿਹੜੇ ਦੁਖੀ ਨੇ ਬੱਚੇ ਛੱਤਾਂ ਤੋਂ ਖੜ ਖੜ ਦੇਖ ਰਹੇ ਆ ਵੀ ਯਾਰ ਦੇਖੋ ਸਾਡਾ ਹਾਲ ਦਿਖਾਉਣ ਦੇ ਲਈ ਆਏ ਨੇ ਵੀ ਅਸੀਂ ਕਿੰਨੇ ਦੁਖੀ ਹਾਂ ਨਹੀਂ ਤਾਂ ਕੌਣ ਯਾਰ ਆਪਣਾ ਦੁੱਖ ਰੋਂਦਾ ਆ ਜਾਓ ਮੈਂ ਤੁਹਾਨੂੰ ਦਿਖਾ ਦਿਆਂ ਅੱਗੇ ਜਿਹੜੀ ਰੋੜੀ ਵੀ ਪਈ ਹੈ ਇਹ ਦੇਖੋ ਸਮਝ ਨਹੀਂ ਆਉਂਦੀ ਵੀ ਯਾਰ ਇੱਥੇ ਭੈਣ ਜੀ ਇੱਕ ਕਹਿ ਰਹੇ ਸੀਗੇ ਉਹ ਵੀ MLA ਸਾਹਿਬ ਕਹਿੰਦੇ ਤਾਂ ਮੇਰੇ ਅੰਡਰ ਕੰਮ ਵੀ ਨੇ ਹਾਂਜੀ ਕਹਿੰਦੇ ਤੇ ਨਹੀਂ ਸੀ ਹੈ ਨਹੀਂ ਅੰਡਰ ਕਹਿੰਦੇ ਸੀ ਕੋਈ ਨਹੀਂ ਫਿਰ ਉਹਨਾਂ ਦੇ ਅੰਡਰ ਕੰਮ ਕਿਹੜਾ ਹੈ ਬੜੀ ਹੈਰਾਨੀ ਦੀ ਗੱਲ ਹੈ ਯਾਰ ਆ ਜਾਓ ਆਪਾਂ ਅੱਗੇ ਚੱਲਦੇ ਹਾਂ ਬਿਕੋਜ਼ ਇਹ ਇੱਕ ਦੋ ਗਲੀਆਂ ਨਹੀਂ ਮੈਂ ਤੁਹਾਨੂੰ ਦੱਸ ਦਿਆਂ ਕਹਿੰਦੇ ਨੇ ਇੱਥੋਂ ਦੀ ਸ਼ਾਇਦ ਜਿਹੜੀ ਵਾਰਡ ਦੀਆਂ ਵੋਟਾਂ ਨੇ ਕਿੰਨੀਆਂ 2200 ਵੋਟਾਂ ਨੇ ਇੱਥੇ ਕਿੰਨੀ ਵੋਟ ਹੁਣ ਅਸੀਂ ਵੱਧ 3 ਚਲੋ ਜਿੰਨੀ ਵੀ ਹੈ ਪਰ ਹਾਲ ਤੁਹਾਨੂੰ ਮੈਂ ਦਿਖਾਵਾਂ ਚਲੋ ਆ ਜਾਓ ਅੱਗੇ ਅੱਗੋਂ ਦਿਖਾਓ ਜੀ ਸੜਕ ਦਿਖਾਓ ਇਹਨਾਂ ਨੂੰ ਇਹ ਹੁਣ ਤੁਸੀਂ ਸੜਕ ਦੇਖਦੇ ਜਾਣਾ ਇਸ ਸੜਕ ਦੇ ਵਿੱਚ ਸੜਕ ਕਾਹਦੀ ਗਲੀ ਪੱਟੀ ਵੀ ਗਲੀ ਹੈ ਹੁਣ ਕਿਤੋਂ ਉੱਭੜ ਕਿਤੋਂ ਖਾਬੜ ਕਿਸੇ ਨੇ ਆਪਣੇ ਘਰ ਦੇ ਅੱਗੇ ਪਾਲਿਆ ਇੱਕ ਗੱਲ ਮੈਨੂੰ ਦੱਸੋ ਜਦੋਂ ਇੱਥੇ ਟਿੱਪਰ ਕੂੜਾ ਚੱਕਣ ਆਉਂਦੇ ਆ ਆਉਂਦੇ ਵੀ ਕਿ ਨਹੀਂ ਆਉਂਦੇ ਪਹਿਲਾਂ ਤਾਂ ਨਹੀਂ ਆਉਂਦੇ ਸੀਗੇ ਜੀ ਹੁਣ ਆ ਰਹੇ ਆ ਜੀ ਹਾਂਜੀ ਤੇ ਉਹ ਤਾਂ ਵਿਚਾਰੇ ਫਿਰ ਕਿਸ ਤਰੀਕੇ ਨਾਲ ਆਉਂਦੇ ਹੋਣਗੇ ਉਹ ਵੀ ਬੜੇ ਔਖੇ ਉਹਨਾਂ ਨੂੰ ਅਸੀਂ ਦੂਰ ਜਾ ਕੇ ਪਾ ਕੇ ਆਉਂਦੇ ਜੀ ਕੂੜਾ ਉਹ ਕਹਿੰਦੇ ਵੀ ਸਾਡੀ ਇਦੋਂ ਅੱਗੇ ਗੱਡੀ ਨਹੀਂ ਆਉਂਦੀ ਹੁਣੇ ਹਟ ਗਏ ਜੀ ਹੁਣ ਤਾਂ 4-5 ਦਿਨ ਹੋ ਗਏ ਹੁਣ ਤਾਂ ਬਿਲਕੁਲ ਹੀ ਹੁਣ ਹਟ ਗਏ ਤੇ ਸਕੂਲ ਬੈਨ ਵਾਲੇ ਵੀ ਜਦੋਂ ਬੱਚਿਆਂ ਨੂੰ ਲੈਣ ਆਉਂਦੇ ਆ ਉਹ ਇਹ ਕਹਿੰਦੇ ਵੀ ਸਾਨੂੰ ਬੱਚੇ ਅੱਗੇ ਛੱਡ ਕੇ ਆਓ ਅਸੀਂ ਬੈਨ ਲੈ ਕੇ ਨਹੀਂ ਆਉਂਦੇ ਹਾਂ ਇਹਨਾਂ ਦੇ ਕਾਰਨ ਸਾਨੂੰ ਦਿੱਕਤ ਬਹੁਤ ਆ ਰਹੀ ਹੈ ਆਉਂਦੇ ਨਹੀਂ ਜੀ ਬੈਨ ਵਾਲਾ ਕੋਈ ਨਹੀਂ ਆਉਂਦਾ ਮਨਾ ਕਰ ਦਿੰਦੇ ਸਾਰੇ ਮੈਂ ਦਿਖਾਓ ਰੋਡ ਦਿਖਾਓ ਇੱਕ ਮਿੰਟ ਵੀ ਇਸ ਰੋਡ ਤੇ ਵਾਕਈ ਨਾ ਤਾਂ ਟਿੱਪਰ ਵਾਲੇ ਆ ਸਕਦੇ ਕੂੜਾ ਚੱਕਣ ਕਿਉਂਕਿ ਉੱਬੜ ਖਾਬੜ ਬਹੁਤ ਆ ਠੀਕ ਉੱਤੋਂ ਟੁੱਟੀ ਹੋਈ ਸੜਕ ਫਿਰ ਹੁਣ ਆਹ ਦੇਖੋ ਜਿਵੇਂ ਮੇਨ ਹੋਲ ਬਣਾਏ ਹੁਣ ਇਸ ਮੇਨ ਹੋਲ ਦਾ ਆਈ ਥਿੰਕ ਕਿਸੇ ਨਾਲ ਜੋੜਿਆ ਨਹੀਂ ਗਿਆ ਹੈ ਨਾ ਸੀਵਰੇਜ ਦੀ ਵੀ ਪ੍ਰੋਬਲਮ ਇੱਥੇ ਪਰ ਮੇਰਾ ਵੀ ਇੱਥੇ ਹਾਲ ਕੀ ਹੈ ਇਹ ਸੜਕ ਦੇਖ ਰਹੇ ਹੋ ਤੁਸੀਂ ਇਹ ਹਾਲ ਦੇਖ ਲਓ ਹੁਣ ਜਿਵੇਂ ਆਹ ਇੱਕ ਮੇਨ ਆ ਗਈ ਕੋਠੇ ਅਮਰਪੁਰਾ ਜਿੱਥੇ ਲਿਖਿਆ NFL ਰੋਡ ਗਲੀ ਨੰਬਰ 4/6 ਇਹ ਹੈ ਨਾ ਹੁਣ ਇਹਦੇ 'ਚ ਪੱਥਰ ਪਾ ਤੇ ਦੂਰ ਤੱਕ ਹੁਣ ਜਿਵੇਂ ਸਾਡੀ ਧੀ ਰਾਣੀ ਤੁਰੀ ਆਉਂਦੀ ਇੱਕ ਹਨਾ ਉਹ ਵਿਚਾਰੀ ਕਿਸ ਤਰੀਕੇ ਦੇ ਨਾਲ ਆਉਂਦੀ ਹੈ ਇਹ ਤੁਸੀਂ ਆਹ ਵੇਖ ਲਓ ਦਿਖਾਓ ਸਾਰਾ ਮਹੱਲਾ ਇਹ ਦੁਖੀ ਲੋਕ ਨੇ ਇਸ ਏਰੀਏ ਦੇ ਇਹ ਹਾਲ ਤੁਹਾਨੂੰ ਮੈਂ ਦਿਖਾ ਦਿਆਂ
ਹੁਣ ਆ ਏਡੇ ਛੋਟੇ ਛੋਟੇ ਬੱਚੇ ਚੁੱਕ ਕੇ ਬਾਈ ਜੀ ਉੱਥੋਂ ਤੁਰਨਾ ਬਹੁਤ ਔਖਾ ਹੋਣਾ ਬਹੁਤ ਔਖਾ ਜੀ ਬਹੁਤ ਔਖੇ ਆ ਮੈਂ ਤਾਂ ਦੋ ਤਿੰਨ ਮਿੰਟ ਡਿੱਗਿਆ ਪੈਰਾਂ ਤਾਂ ਸੱਟਾਂ ਵੀ ਪੈਰਾਂ ਦੇ ਵੱਜੀਆਂ ਦੇਖੋ ਜੀ ਦੋਨੇ ਪੈਰਾਂ ਤੇ ਸੱਟਾਂ ਵੱਜੀਆਂ ਇਹ ਦੋਨਾਂ ਪੈਰਾਂ ਤੇ ਇਹਨਾਂ ਦੇ ਸੱਟਾਂ ਵੱਜੀਆਂ ਡਿਊ ਟੂ ਇਹਨਾਂ ਪੱਥਰ ਇਹ ਪੱਥਰ ਹੈ ਨਾ ਆ ਜਾਓ ਮੈਂ ਤੁਹਾਨੂੰ ਪੱਥਰ ਵੀ ਦਿਖਾ ਦਿਆਂ ਪੁੱਤਰ ਇੱਕ ਵਟਾਓ ਆਪਾਂ ਗੱਲ ਕਰੀਏ ਮੇਰੇ ਕੋਲ ਆ ਮੇਰਾ ਬੱਚਾ ਆ ਜਾ ਮੇਰਾ ਬੱਚਾ ਅੱਛਾ ਅੱਛਾ ਗੁੱਡ ਗੁੱਡ ਕੀ ਨਾਮ ਪੁੱਤਰ ਮੋਨਿਕਾ ਮੋਨਿਕਾ ਪੁੱਤਰ ਪੜ੍ਹ ਕੇ ਆਏ ਹੋ ਹਾਂਜੀ ਹੀਲ ਤਾਂ ਨਹੀਂ ਪਾਈ ਸੀ ਤੁਸੀਂ ਸਲਿੱਪਰੋਂ ਤਾਂ ਹੀ ਬਚ ਕੇ ਮੈਂ ਲੱਗਦਾ ਪਾਏ ਵੇ ਨਹੀਂ ਤਾਂ ਇਹਨਾਂ ਪੱਥਰਾਂ ਤੋਂ ਹਾਂਜੀ ਕਿੰਨਾ ਕੁ ਬੇਟਾ ਥੋੜ੍ਹਾ ਬਹੁਤ ਹੀ ਬਰੇਵ ਕੁੜੀ ਨਾ ਤਾਂ ਕਰਕੇ ਅਦਰਵਾਈਜ਼ ਹੁਣ ਉਹ ਦੇਖੋ ਲੈ ਟਿੱਪਰਾਂ ਦੀ ਗੱਲ ਕਰਦੇ ਸੀ ਆਪਾਂ ਟਿੱਪਰ ਵੀ ਆ ਗਏ ਪਰ ਮੈਨੂੰ ਲੱਗਦਾ ਆਹ ਦੇਖਿਓ ਰੋਡ ਇਹ ਇਹ ਬ੍ਰਦਰ ਇਹ ਜਿਹੜੇ ਹੁਣ ਆ ਪੱਥਰ ਪਾਏ ਨੇ ਇਹ ਕਦੋਂ ਕਦੇ ਪਾਏ ਹੋਏ ਇਸ ਨੂੰ ਇੱਕ ਮਹੀਨਾ ਹਾਂ ਇੱਕ ਮਹੀਨੇ ਤੋਂ ਉੱਤੇ ਹੀ ਹੋ ਗਏ ਰੋਲਰ ਤੱਕ ਨਹੀਂ ਚੱਲਿਆ ਰੋਲਰ ਇੱਥੋਂ ਵਾਪਸ ਚਲਾ ਗਿਆ ਮਿੱਟੀ ਵੀ ਨਹੀਂ ਪਾਈ ਇੰਦਾ ਹੀ ਚਲੇ ਗਏ ਆਹ ਗਲੀ ਵੀ ਦਿਖਾਓ ਇੱਕ ਮਿੰਟ ਇਹ ਇਹ ਗਲੀ ਦਾ ਵੀ ਦੇਖ ਲਓ ਕਿੱਡਾ ਬੁਰਾ ਹਾਲ ਹੈ ਕੋਈ 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 ਮੈਨੂੰ ਲੱਗਦਾ ਇਹ ਟੋਟਲ ਕਿੰਨੀਆਂ ਗਲੀਆਂ ਨੇ ਮੇਰੇ ਵੀਰੇ ਇੱਧਰਲੇ ਪਾਸੇ ਜਿਹੜੀਆਂ ਦਾ ਬੁਰਾ ਹਾਲ ਹੀ ਬਹੁਤ ਬੁਰਾ ਛੇ ਪੂਰੀਆਂ ਗਲੀਆਂ ਛੇ ਸਾਰੇ ਮਹੱਲੇ ਦਾ ਇਹੀ ਹਾਲ ਹੈ ਜੀ ਸਾਰੇ ਮਹੱਲੇ ਦਾ ਟੋਟਲ ਕੋਠੇ ਅਮਰਪੁਰਿਆਂ ਦਾ ਜੀ ਸਾਰੇ ਦਾ ਇਹੀ ਹਾਲ ਹੈ ਜੀ ਜੇ ਤੁਸੀਂ ਇਦੋਂ ਬਾਅਦ ਅੱਗੇ ਜਾ ਉੜੋਗੇ ਤਾਂ ਅੱਗੇ ਇਦੋਂ ਵੀ ਬੁਰਾ ਹਾਲ ਹੈ ਜੀ ਪਰ ਜਿਹੜੀ ਸਭ ਤੋਂ ਵੱਡੀ ਗੱਲ ਜੀ ਇਹਨਾਂ ਨੂੰ ਪੱਥਰ ਪਾ ਕੇ ਛੱਡ ਗਏ ਇਹਨਾਂ ਨੂੰ ਇੰਨੇ ਨੇ ਪਤਾ ਹੋਣਾ ਜਿਹਦੇ ਵੀ ਲੋਕਾਂ ਨੇ ਇਹਦੇ ਉੱਪਰ ਦੀ ਟੱਪਣਾ ਹੈ ਮੇਨ ਰੋਡ ਹੈ ਸਭ ਤੋਂ ਜ਼ਿਆਦਾ ਮੇਨ ਇਹੀ ਹੈ ਰਸਤਾ ਸਾਰਿਆਂ ਨੂੰ ਲੱਗਦਾ ਇੱਕੋ ਹੀ ਰਸਤਾ ਸਭ ਤੋਂ ਜ਼ਿਆਦਾ ਦੇਖੋ ਬਾਈਕ ਆ ਰਹੀ ਹੈ ਦੇਖੋ ਉਹਦਾ ਹਾਲ ਕੀ ਹੈ ਬਾਈਕ ਆ ਰਹੀ ਹੈ ਦਿਖਾਇਓ ਇੱਕ ਮਿੰਟ ਦੇਖਿਓ ਕਿਸ ਤਰੀਕੇ ਨਾਲ ਵਿਚਾਰੇ ਆ ਰਹੇ ਨੇ ਇਹ ਉਹ ਹੈ ਜਿਹੜਾ ਬੰਦਾ ਇਕੱਲਾ ਆ ਰਿਹਾ ਠੀਕ ਹੈ ਜੇ ਕਿਤੇ ਇਹਨਾਂ ਦੇ ਨਾਲ ਕੋਈ ਬੈਲੈਂਸ ਦੇਖਿਓ ਬੈਲੈਂਸ ਇਹਨਾਂ ਦਾ ਆਰਾਮ ਨਾਲ ਬਾਈ ਜੀ ਆਰਾਮ ਨਾਲ ਆਰਾਮ ਨਾਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮਿੰਟ ਕੀ ਨਾਮ ਬਾਈ ਜੀ ਤੁਹਾਡਾ ਬਲਦੇਵ ਸਿੰਘ ਹੈ ਜੀ ਸਦਰ ਬਲਦੇਵ ਸਿੰਘ ਮੈਂ ਤੁਹਾਨੂੰ ਦੇਖਦਾ ਨਾ ਡਿੱਕ ਡੋਲੇ ਖਾਂਦੇ ਆ ਰਹੇ ਮੋਟਰਸਾਈਕਲ ਦੀ ਵਜ੍ਹਾ ਨਾਲ ਕਿ ਦਾਰੂ ਪੀਤੀ ਹੈ ਨਾ ਜੀ ਨਾ ਦਾਰੂ ਇਸ ਵੇਲੇ ਕਿੱਥੇ ਜੀ ਮੈਂ ਕਿਹਾ ਕਿਤੇ ਕੋਈ ਦਾਰੂ ਪੀਤੀ ਹੈ ਦੇਖ ਨੂੰ ਜਿਵੇਂ ਆ ਮੋਟਰਸਾਈਕਲ ਚੱਲਦਾ ਐਂ ਲੱਗਦਾ ਦਾਰੂ ਪੀਤੀ ਹੈ ਕਿ ਵਜ੍ਹਾ ਵੱਟੇ ਹੈ ਕਿਤੇ ਡਿੱਗਣਾ ਕਈ ਵਾਰੀ ਡਿੱਗੇ ਇੱਥੇ ਆ ਮੋਟਰਸਾਈਕਲ ਡੈਂਟ ਵੀ ਤੁਹਾਨੂੰ ਦਿਖਾ ਦਿੰਦੇ ਇੱਕ ਦੋ ਤਾਂ ਡੈਂਟ ਪਏ ਹੋਏ ਆ ਨਵੇਂ ਮੋਟਰਸਾਈਕਲ ਆ ਪੈ ਗਏ ਡੈਂਟ ਆ ਡਿੱਗੇ ਤੇ ਪਏ ਆ ਦੇਖੋ ਆ ਡੈਂਟ ਦੇਖੋ ਆ ਡੈਂਟ ਪਿਆ ਠੀਕ ਇਹਨਾਂ ਦੀ ਟੈਂਕੀ ਨੂੰ ਡੈਂਟ ਪੈ ਗਿਆ ਬਾਈ ਹੁਣਾਂ ਦੇ ਪੈਰਾਂ ਨੂੰ ਡੈਂਟ ਪੈ ਗਏ ਉਹ ਸਾਈਕਲ ਉਹ ਦੇਖਿਓ ਸਾਈਕਲ ਤੋੜ ਕੇ ਲੈ ਕੇ ਆ ਰਹੇ ਆ ਸਾਈਕਲ ਤੋੜ ਕੇ ਬੱਚਿਆਂ ਨੂੰ ਅੱਗੇ ਬਿਠਾਇਆ ਵਧੀਆ ਹੋਵੇ ਨਾ ਆਪਾਂ ਨੰਬਰ 1 ਕਹਿੰਦੇ ਆ ਹਨਾ ਇਹ ਨੰਬਰ 1 ਵਾਰਡ ਹੈ ਧੰਨ ਭਾਗ ਫਿਰਦਾ ਤੁਹਾਡੇ ਦੇਖ ਦੇਖਦਾ ਦੇਖਣ ਚ ਵੀ ਨੰਬਰ 1 ਹੈ ਇਹ ਨਹੀਂ ਹੈਗਾ ਜਿਹੜੀਆਂ ਕੱਚੀਆਂ ਸੜਕਾਂ ਚ ਨੰਬਰ 1 ਵੱਧ ਇੰਤਜ਼ਾਮੀ ਦੇ ਵਿੱਚ ਨੰਬਰ 1 ਸਾਨੂੰ ਸ਼ਰਮ ਬਹੁਤ ਆਉਂਦੀ ਹੈ ਸਾਡਾ ਇਹ ਵਾਰਡ ਨੰਬਰ 1 ਹੈ ਕਹਿਣ ਲੱਗੇ ਬਹੁਤ ਸ਼ਰਮ ਆਉਂਦੀ ਸਾਨੂੰ ਇੱਕ ਨੰਬਰ ਵਾਰਡ ਤੁਹਾਨੂੰ ਤਾਂ ਆਉਂਦੀ ਜਿਨ੍ਹਾਂ ਨੂੰ ਆਉਣੀ ਚਾਹੀਦੀ ਉਹਨਾਂ ਨੂੰ ਆਉਂਦੀ ਕਿ ਨਹੀਂ ਆਉਂਦੀ ਨਹੀਂ ਉਹਨਾਂ ਨੂੰ ਤਾਂ ਆਉਣੀ ਚਾਹੀਦੀ ਹੁਣ ਤਾਂ ਪਤਾ ਹੀ ਹੋ ਮੈਂ ਕਹਿੰਦਾ ਜਿਨ੍ਹਾਂ ਨੂੰ ਆਉਣੀ ਚਾਹੀਦੀ ਜੇ ਅਸੀਂ ਦੱਸਾਂਗੇ ਤਾਂ ਹੀ ਹੈ ਮੇਰਾ ਵੀ ਮਕਸਦ ਇਹੀ ਹੈ ਕਿ ਮੈਂ ਕੈਮਰੇ ਦੇ ਥਰੂ ਤੁਹਾਨੂੰ ਇਸੇ ਕਰਕੇ ਦਿਖਾ ਦਿਆਂ ਕਿ ਇਹਨਾਂ ਲੋਕਾਂ ਦਾ ਹਾਲ ਕੀ ਹੈ ਇੱਕ ਵਾਰੀ ਉਹ ਸਾਈਕਲ 'ਤੇ ਹੁਣ ਬਾਊ ਜੀ ਛੋਟਾ ਬੱਚਾ ਦੇਖਿਓ ਹੁਣ ਇਹਨਾਂ ਪੱਥਰਾਂ ਦਾ ਪਤਾ ਕੀ ਹੁੰਦਾ ਇਹ ਜਦੋਂ ਪੱਥਰ ਤੋਂ ਕੋਈ ਬਾਈਕ ਆਉਂਦੀ ਹੈ ਉਹ ਕਿਸੇ ਨੁੱਕਰ ਉਹਦੀ ਪੱਥਰ ਦੇ ਉੱਤੋਂ ਦੀ ਟੱਪਦੀ ਤਾਂ ਪੱਥਰ ਬੁੜ ਕੇ ਕਿਸੇ ਦੀ ਪੁੜਪੜੀ 'ਚ ਵੱਜ ਸਕਦਾ ਮੇਰੇ ਵੀ ਇਸ ਕਰਕੇ ਆਹ ਦੇਖੋ ਹੁਣ ਛੋਟੇ ਛੋਟੇ ਬੱਚੇ ਬਾਊ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿੱਧਰੋਂ ਆਏ ਆਪਣਾ ਆਏ ਅੰਮ੍ਰਿਤਪੁਰ ਕੋਠੇ 'ਤੇ ਆ ਹੁਣ ਤੋਰ ਕੇ ਲੈ ਕੇ ਆਏ ਹੋ ਤੋਰ ਨਹੀਂ ਚੱਲਦਾ ਅਕੇਲਾ ਤਾਂ ਚੱਲਦਾ ਨਹੀਂ ਸਾਈਕਲ 'ਤੇ ਕਿਵੇਂ ਚੱਲੂ ਹਾਂ ਦੱਸੋ ਤੁਸੀਂ ਦੱਸੋ ਹੈਲੋ ਬੋਲੋ ਹੈਲੋ ਗੁੱਡ ਹੈਲੋ ਛੋਟੇ ਬੱਚੇ ਹੈਲੋ ਕਰਦੇ ਆ ਹੈਲੋ ਇਹਨਾਂ ਨਾਲ ਕਰ ਲਓ ਇਹਨਾਂ ਦੀ ਕੋਈ ਸੁਣਵਾਈ ਕਰ ਲਓ ਕਿਉਂਕਿ ਇਹ ਆਹ ਦੇਖ ਲਓ ਹਾਂਜੀ ਹਾਂਜੀ ਆ ਜਾਓ ਆਪਾਂ ਗਲੀਆਂ ਬਥੇਰੀਆਂ ਪਰ ਮੈਂ ਤੁਹਾਨੂੰ ਇਹ ਦਿਖਾਉਣਾ ਚਾਹੁੰਦਾ ਕਿ ਇੱਥੋਂ ਤਾਂ ਕੋਈ ਗੱਲ ਨਹੀਂ ਮੈਨੂੰ ਪਤਾ ਇਸ਼ਾਰਾ ਬਹੁਤ ਹੁੰਦਾ ਇਹਨਾਂ ਤੁਸੀਂ ਇਹ ਦੇਖੋ ਵੀ ਸੜਕ ਦੇ ਉੱਤੇ ਪੱਥਰ ਪਾ ਤੇ ਨਾ ਤਾਂ ਕਹਿੰਦੇ ਨੇ ਇੱਥੇ ਰੋਡ ਰੋਲਰ ਫੇਰਿਆ ਨਾ ਮਿੱਟੀ ਪਾਈ ਹੈ ਪੱਧਰ ਵੀ ਨਹੀਂ ਕੀਤੇ ਜਿਹੜੇ ਇਹ ਮੇਨ ਰੋਡ ਹੈ ਜਿਹੜੀਆਂ ਲਿੰਕ ਰੋਡਸ ਨੇ ਨਾ ਹੈ ਨਾ ਜੋ ਮੈਂ ਤੁਹਾਨੂੰ 4x5 ਜਾਂ 6 ਦਿਖਾਈ ਸੀ ਆਹ ਦੇਖ ਲਓ 4x4 ਆ ਗਈ ਇੱਧਰ ਦੇਖ ਲਓ ਤੁਸੀਂ ਇਹ ਸੀਵਰੇਜ ਟੋਟਲ ਹੈ ਨਹੀਂ ਮਿਲਦਾ ਪਾਇਆ ਹੋਇਆ ਸਰ ਟੋਟਲ ਫਲੋਪ ਆ ਸਾਰਾ ਪਾਇਆ ਹਾਂਜੀ ਆਹ ਸਾਰਾ ਹਾਲ ਸਾਡੇ ਏਰੀਆ ਚੰਗਾ ਜਾਂ ਮਹੱਲਾ ਚੰਗਾ ਐਂ ਕਹਿ ਲਓ ਵੀ ਇਹ ਲੋਕ ਆਪਸ ਮੇਂ ਲੜਦੇ ਨਹੀਂ ਐਡਜਸਟ ਕਰਦੇ ਨਹੀਂ ਆਹ ਹਾਲ ਦੇਖ ਲਓ ਤੁਹਾਡੇ ਸਾਹਮਣੇ ਤੁਸੀਂ ਦਿਖਾ ਸਕਦੇ ਹੋ ਮੱਛਰ ਵਾਧੂ ਹੈ ਜੀ
ਬੁਰਾ ਹਾਲ ਹੈ ਜੀ। ਡਿਪਾਰਟਮੈਂਟ ਨੇ ਆਉਣਾ, ਉਹਨਾਂ ਨੇ ਫਿਰ ਚਲਾਨ ਕਿਹਦੇ ਕੱਟਨੇ ਨੇ? ਲੋਕਾਂ ਦੇ ਘਰਾਂ ਚ ਕੂਲਰਾਂ ਦੇ ਚਲਾਨ ਕੱਟ ਜਾਂਦੇ ਨੇ। ਆ ਦੇਖਿਓ, ਆ ਦਿਖਾ ਦਿਓ। ਇਹ ਸਿਰਫ ਇਸ ਕਾਰਨ ਕਿ ਜਦੋਂ ਇਹ ਸੀਵਰੇਜ ਪੈ ਗਿਆ ਇੱਥੇ, ਤੇ ਫਿਰ ਤੁਸੀਂ ਕਨੈਕਸ਼ਨ ਕਿਉਂ ਨਹੀਂ ਕੀਤੇ? ਲੋਕ ਬਹੁਤ ਦੁਖੀ ਨੇ। ਇੱਕ ਵਾਰੀ ਮੈਂ ਤੁਹਾਨੂੰ ਇਹ ਦਿਖਾਤਾ, ਕੋਸ਼ਿਸ਼ ਫਿਰ ਕਰੂੰਗਾ ਕਿ ਇੱਥੋਂ ਦੇ ਹੋਰ ਹਾਲਾਤ ਨੇ ਜਿਹੜੇ ਉਹ ਵੀ ਮੈਂ ਤੁਹਾਨੂੰ ਦਿਖਾਵਾਂ। ਅਤੇ ਬੇਨਤੀ, ਅਰਜੋਈ, ਰਿਕੁਐਸਟ ਡਿਪਾਰਟਮੈਂਟਸ ਨੂੰ ਇਹ ਹੈ ਕਿ ਇਹ ਵੀ ਆਪਣੇ ਸ਼ਹਿਰ ਦੇ ਵਾਸੀ ਨੇ, ਸੁੱਖ ਨਾਲ ਇੱਕ ਨੰਬਰ ਵਾਰਡ ਹੈ, ਪਰ ਇਹਨਾਂ ਨੂੰ ਆਪਾਂ ਥੱਲੜੇ ਪਾਸਿਓਂ ਇੱਕ ਨੰਬਰ ਨਾ ਗਿਣੀਏ, ਇਹ ਉੱਪਰਲੇ ਪਾਸਿਓਂ ਇੱਕ ਨੰਬਰ ਵਾਰਡ ਹੈ। ਅਤੇ ਹੁੰਦਾ ਨਾ ਪ੍ਰਾਇਓਰਟੀ ਦੇ ਬੇਸ 'ਤੇ ਆਪਾਂ ਨੂੰ ਕਰਨਾ ਚਾਹੀਦਾ, ਬਿਕੋਜ਼ ਜਦੋਂ ਕੋਈ ਡਿਵੈਲਪਮੈਂਟ ਹੁੰਦੀ ਤਾਂ ਬੰਦਾ ਫਿਰ ਐਂ ਕਹਿੰਦਾ ਨਾ ਵੀ ਯਾਰ ਅੱਛਾ ਇੱਕ ਨੰਬਰ ਤੋਂ ਸ਼ੁਰੂ ਕਰ ਲਓ, ਇੱਕ ਦੋ ਤਿੰਨ ਚਾਰ, ਪਤਾ ਨਹੀਂ ਹੁਣ ਇਹਨਾਂ ਨੇ ਕਿੱਥੋਂ ਸ਼ੁਰੂ ਕੀਤਾ ਅਤੇ ਕਿੱਥੇ ਕਰਨਾ, ਕਿਉਂਕਿ ਮੈਂ ਤਾਂ ਸ਼ਹਿਰ ਦੇ ਸਾਰੇ ਵਾਰਡ ਦਿਖਾ ਚੁੱਕਿਆ, ਕਮੀਆਂ ਹਰ ਵਾਰਡ 'ਚ ਹੈ। ਪਰ ਇਹ ਲੋਕ ਜਿਹੜੇ ਨੇ, ਬੱਚੇ ਵੀ ਨਾਲ ਨੇ, ਭੈਣ ਭਰਾ ਸਾਰੇ ਨਾਲ ਨੇ, ਸਿਰਫ ਇਸ ਕਾਰਨ ਕਿ ਸਾਡਾ ਇਸ ਏਰੀਏ ਦਾ ਕੋਈ ਹੱਲ ਕਰੋ। ਨਗਰ ਨਿਗਮ ਨੂੰ ਬੇਨਤੀ ਕੀਤੀ ਜਾਂਦੀ ਹੈ, ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਹੈ, ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਆਮ ਆਦਮੀ ਪਾਰਟੀ ਦੇ MLA ਸਰਦਾਰ ਜਗਰੂਪ ਸਿੰਘ ਗਿੱਲ ਹੋਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਸਾਡੇ ਹੀ ਸ਼ਹਿਰ ਦੇ ਵਾਸੀ ਹੈ, ਕਾਇੰਡਲੀ ਇੱਧਰ ਇੱਕ ਗੇੜਾ ਮਾਰੋ, ਦੇਖੋ ਇਹਨਾਂ ਦੇ ਹਾਲਾਤ ਕੀ ਨੇ, ਫਿਰ ਕੁਛ ਕਰੋ। ਵੈਸੇ ਕੁਛ ਹਾਲਾਤ ਤਾਂ ਮੈਂ ਦਿਖਾ ਤੇ, ਪਰ ਉਸ ਤੋਂ ਬਾਅਦ ਹੁਣ ਦੇਖਦੇ ਹਾਂ ਡਿਪਾਰਟਮੈਂਟ ਕੀ ਕਰਦਾ ਅਤੇ ਸਰਕਾਰਾਂ ਕੀ ਕਰਦੀਆਂ ਨੇ। ਮੇਰਾ ਜਿਹੜਾ ਕੰਮ ਸੀ ਉਹ ਮੈਂ ਕਰਤਾ, ਹੁਣ ਤੁਸੀਂ ਆਪਣਾ ਕੰਮ ਕਰਨਾ ਅਤੇ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।